ਤਦਾ ਜੀ ਕਿ ਵੱਡਾ ਸੜਕੀ ਹਾਦਸਾ ਹੋਇਆ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬਾਈਕ ਤੇ ਸਵਾਰ ਹੋ ਕੇ ਸ਼ਖਸ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਤਾਂ ਬਾਈਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਤਨੀ ਅਤੇ ਇੱਕ ਬੱਚੇ ਦੀ ਵੀ ਮੌਤ ਹੋ ਜਾਂਦੀ ਹੈ ਜਦਕਿ ਇੱਕ 9 ਸਾਲਾ ਲੜਕੀ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤਾਂ ਵੱਡਾ ਸੜਕੀ ਹਾਦਸਾ ਹੋਇਆ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਤਾਂ ਪਤੀ ਪਤਨੀ ਸਮੇਤ ਉਹਨਾਂ ਦੇ ਇੱਕ ਦੋਤੇ ਦੀ ਵੀ ਇਸ ਦੇ ਵਿੱਚ ਮੌਤ ਹੋ ਗਈ ਹੈ ਜਦਕਿ ਉਹਨਾਂ ਦੀ ਇੱਕ 9 ਸਾਲਾਂ ਦੀ ਲੜਕੀ ਗੰਭੀਰ ਜ਼ਖਮੀ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜੇਰੇ ਇਲਾਜ ਹੈ ਤਾਂ ਦੱਸ ਦਈਏ ਕਿ ਪੂਰਾ ਮਾਮਲਾ ਨੂੰਹ ਤੋਂ ਸਾਹਮਣੇ ਆਇਆ ਜਿੱਥੇ ਬਾਈਕ ਚਾਲਕ ਅਤੇ ਉਸਦੀ ਪਤਨੀ ਅਤੇ ਨਾਲ ਉਸਦੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਇੱਕ ਦੋਤਾ ਵੀ ਹੁੰਦਾ ਤੇ ਇਹ ਇੱਕ ਵਿਆਹ ਸਮਾਗਮ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਆ ਰਿਹਾ ਹੁੰਦਾ ਤਾਂ ਇਹਨਾਂ ਦੀ ਬਾਈਕ ਨੂੰ ਭਿਆਨਕ ਟੱਕਰ ਮਾਰਦਾ ਜਿਸ ਕਾਰਨ ਇਹ ਸੜਕ ਤੇ ਡਿੱਗ ਜਾਂਦੇ ਨੇ ਤਾਂ ਮੌਕੇ ਤੇ ਹੀ ਬਾਈਕ ਚਾਲਕ ਦੀ ਮੌਤ ਹੋ ਗਈ ਪਤਨੀ ਦੀ ਮੌਤ ਹੋ ਗਈ ਤੇ ਉਹਨਾਂ ਦੇ ਦੋਤੇ ਦੀ ਵੀ ਮੌਤ ਹੋ ਗਈ ਜਦਕਿ ਉਹਨਾਂ ਦੀ 9 ਸਾਲਾਂ ਦੀ ਲੜਕੀ ਗੰਭੀਰ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਜੀ ਜੀ ਇਹ ਹਾਦਸਾ ਤਾਂ ਬਹੁਤ ਬੜਾ ਹੈ, ਪੂਰੇ ਗਾਂਵ ਮੇਂ ਮਾਤਮ ਛਾਇਆ ਹੋਇਆ। ਫਿਰ ਸਰ ਜੀ ਆਪਣੇ ਭਤੀਜੇ ਕੀ ਸ਼ਾਦੀ ਮੇਂ ਜਾ ਰਹਾ ਜੀ, ਔਰ ਇਹ ਸ਼ਾਇਦ ਜੋ ਇਹ ਅਲਵਰ ਟੂਲ ਹੈ ਉਸਸੇ ਪਹਿਲੇ ਇਸਕੀ ਬਾਈਕ ਜੋ ਥੀ ਉਸਮੇਂ ਪੀਛੇ ਸੇ ਜੋ ਟਰੱਕ ਡਰਾਈਵਰ ਹੈ ਉਸਨੇ ਧੜ ਚੜ ਦੀ, ਉਸਕੀ ਤੀਨੋਂ ਕੇ ਮੌਕੇ ਪਰ ਡੈਥ ਹੋ ਗਈ। ਇੱਕ ਬੱਚਾ ਥਾ ਉਹ ਉਨਕੇ ਸਭ ਬਚ ਗਿਆ। ਜਿਸ ਗਾੜੀ ਨੇ ਟੱਕਰ ਮਾਰੀ ਸੀ ਉਹ ਪੁਲਿਸ ਨੇ ਕਬਜ਼ੇ ਮੇਂ ਲੀ। ਹਾਂਜੀ ਹਾਂਜੀ ਬਿਲਕੁਲ, ਡਰਾਈਵਰ ਕੋ ਕਬਜ਼ੇ ਹਿਰਾਸਤ ਮੇਂ ਲਿਆ ਹੈ। क्या मांग सरकार से करना चाहेंगे? सर सरकार से यही मांग है कि इनके खिलाफ सख्त से सख्त कार्रवाई की जाए। और दरअसल जो ये परिवार था, जो इसके ना तो कोई लड़का था, लड़की लड़कियां थी जी इसके चार, इसके तो पूरा सिस्टम ही खराब हो गया जी। तो गांव में किस तरह से माहौल है? एक साथ तीन जना सर, गांव का तो ये कि रात से पूरे गांव में मातम पस रहा हो, बिल्कुल सुनसान, बहुत बड़ा हादसा है जी। दरअसल ये जो आस मोहम्मद थे और उसकी वाइफ और एक उनका नवासा था, तीनों में किसी जो जिसे घर से थी उसके भाई के लड़के की शादी थी अलवर साइड में, तो वहाँ जा रहे थे। वहाँ रास्ते में रामगढ़ बड़ो मियो का बड़ौदा है ना, बड़ौदा चौकी है, उससे आगे जहाँ डबल रोड होता वहाँ ही पीछे से दम फरवा लेने वहाँ पीछे से इसको टक्कर मार दी। तो उस टक्कर में ये तो अपने साइड में थे, उसने पीछे से इनको मारा है, इनकी स्पीड भी अवर नहीं थी, लेकिन पता नहीं उसने कैसे लापरवाही से डंपर इनको ऊपर चढ़ा दिया, जहाँ तीनों की इन वक्त की मौत हो गई। एक बच्चा और था वो बच गया। किस चीज पर सवार होकर जा रहे हैं? बाइक पर सवार होकर जा रहे थे। जिस गाड़ी ने टक्कर मारी है वो पुलिस कब्जे में है? हाँ सर, ड्राइवर को पुलिस का हिरासत? हाँ वो हिरासत में। क्या मांग करना चाहेंगे परिवार के लिए? परिवार के लिए यही मांग है सर, एक उचित इंसाफ होना चाहिए, एक तो उसको अच्छी सजा मिलनी चाहिए, किसी की लापरवाही से तीनों जो मौत गई उसकी लापरवाही से गई है सर। अगर वो थोड़ी सी संजीदगी दिखाता तो आज तीनों मरते नहीं, क्योंकि अपने साइड में इनकी सफेद भी बढ़ने थी, इनको पीछे से ठोका गया है। गांव में एक साथ तीन जना देख रहे हैं, किस तरह से गांव में माहौल है? माहौल पूरा गमगीन है सर, पूरा गाँव में मतलब हालात यही मातम छाए हुए हैं।